ਬੈਠੇ ਆ ਜੀ ਆਪਣੇ ਦੂਜੇ ਕਾਹਦੇ ਵਾਸਤੇ ਬੈਠੇ ਜੀ ਕਾਹਦੇ ਵਾਸਤੇ ਟੂਲ ਵਾਲਿਆਂ ਨੂੰ ਠਾਤਾ ਉਹਨਾਂ ਪਰਚੀ ਬੜੀ ਵਧਾਤੀ ਸੀ ਮੈਂ ਨਾ ਕਾਹਦੇ ਵਾਸਤੇ ਬੈਠੇ ਜੀ ਤੁਸੀਂ ਕਿਹੜੀ ਜਥੇਬੰਦੀ ਆ ਸੇਵਾ ਵਾਸਤੇ ਲੰਗਰ ਕਿਹੜੀ ਜਥੇਬੰਦੀ ਆ ਹੈ ਕਿਹੜੀ ਜਥੇਬੰਦੀ ਆ ਕਿਵੇਂ ਜਥੇਬੰਦੀ ਕਿਹੜੀ ਆ ਜਥੇਬੰਦੀ ਬੋਲ ਆ ਦੱਸ ਆ ਕਰੀ ਮੜਾ ਲੱਗ ਰੋਕ ਰੋਕ ਮੜਾ ਆ ਕਿਹੜੇ ਤਰ੍ਹਾਂ ਦੱਸ ਕਿਹੜੀ ਜਥੇਬੰਦੀ ਆ ਮੈਂ ਰੁਪਇਆ ਥੱਬਾ ਰੁਪਇਆ ਦਾ ਲੈ ਕੇ ਬੈਠਾ ਹੋ ਆਹ ਕੋਈ ਗੱਲ ਥੋੜੀ ਤੁਸੀਂ ਗੰਦ ਪਾਉਣ ਡੇ ਸਾਰੀਆਂ ਸਾਰੀਆਂ ਜਥੇਬੰਦੀਆਂ ਨੂੰ ਬਦਨਾਮ ਕਰਨ ਡੇ ਤੁਸੀਂ ਕਰਦੇ ਆ ਪ੍ਰਧਾਨ ਦਾ ਕੀ ਨਾਮ ਦੱਸੀ ਮੜਿਆ ਪ੍ਰਧਾਨ ਦਾ ਦੱਸੀ ਮੜਿਆ ਤੂੰ ਰੁਪਇਆ ਦਾ ਫੜਿਆ ਹੈਗਾ ਤੇ ਪੁੱਛਿਆ ਤੇ ਜਥੇਬੰਦੀ ਦਾ ਨਾਂ ਕੁਛ ਨੀ ਦੱਸਿਆ ਅਸੀਂ ਇਹਨੇ ਵੀ ਟੋਲ ਫ੍ਰੀ ਕੀਤਾ ਕਿਸੇ ਕਾਰਨਾਂ ਕਰਕੇ ਉਹਨਾਂ ਦੇ ਲੋਕਾਂ ਨੂੰ ਸਹੂਲਤ ਹੋਣੀ ਚਾਹੀਦੀ ਆ ਇਸ ਤਰ੍ਹਾਂ ਪੈਸੇ ਜਿਹੜੇ ਆ ਉਹ ਇਕੱਠੇ ਕਰਕੇ ਤੇ ਆਪੋ ਵਿੱਚ ਮਤਲਬ ਉਹਨਾਂ ਨੂੰ ਪੈਸਿਆਂ ਦੀ ਵਰਤੋਂ ਕਰਨੀ ਇਹ ਠੀਕ ਨਹੀਂ ਗਾ ਕਿਉਂਕਿ ਇਹ ਸਾਰੀਆਂ ਜਥੇਬੰਦੀਆਂ ਤੇ ਫਿਰ ਧੱਬਾ ਲੱਗਦਾ ਵਾ ਸੋ ਇਹ ਜਿਹੜੀ ਜਥੇਬੰਦੀ ਆ ਉਹ ਵੀਡੀਓ ਮੈਂ ਪਾਉਣ ਲੱਗਾ ਵਾਂ ਤੇ ਵੀਰ ਜੀ ਉਹ ਦੱਸਣ ਵੀ ਕਿਉਂ ਕੀ ਕਾਰਨ ਕਿਉਂ ਟੋਲ ਫ੍ਰੀ ਹੋਇਆ ਤੇ ਜੇ ਟੋਲ ਫ੍ਰੀ ਹੋਇਆ ਤੇ ਉਹਨਾਂ ਨੂੰ ਲੋਕਾਂ ਦਾ ਕੀ ਲੋਕਾਂ ਨੂੰ ਕੀ ਫਾਇਦਾ ਹਰੇਕ ਗੱਡੀ ਤੋਂ 100-100 ਰੁਪਇਆ ਲਈ ਜਾਂਦੇ ਆ ਜਿਹੜੀ ਗੱਡੀ ਤੇ ਮੈਂ ਹੀ ਅੱਜ ਉੱਤੇ ਹੀ ਕਿਉਂ ਆਪਦੇ ਪਰਿਵਾਰ ਨੂੰ ਨਾਲ ਲੈ ਕੇ ਗਿਆ ਸੀ ਗੱਡੀ ਤੇ ਝੰਡਾ ਨਹੀਂ ਲੱਗਾ ਹੋਇਆ ਤੇ ਉਹਦੇ ਕਾਰਨ ਉਹਨਾਂ ਮੇਰੇ ਗੱਡੀ ਤੋਂ ਵੀ ਆਣ ਕੇ ਰੁਪਇਆ 100 ਜਿਹੜਾ ਉਹ ਮੰਗਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਵੀਡੀਓ 'ਚ ਲਿਆਂਦਾ ਤੇ ਪ੍ਰਧਾਨ ਦਾ ਨਾਂ ਪੁੱਛਿਆ ਤੇ ਪ੍ਰਧਾਨ ਦਾ ਨਾਂ ਉਹ ਦੱਸਣ ਤੋਂ ਭੱਜ ਗਏ ਇਸ ਕਰਕੇ ਬੇਨਤੀ ਆ ਵੀ ਇਹਨੂੰ ਦੱਸਿਓ ਵੀ ਇਹ ਕੀ ਮਾਜਰਾ ਵਾ ਕੀ ਇੱਦਾਂ ਕਰ ਲੈਣਾ ਚਾਹੀਦਾ ਵਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।